ਬਲੇਡ ਨਵੇਂ ਪਾਏ ਨੇ ਸਰ। ਬਲੇਡ ਪਹਿਲੇ ਕੀ ਖਰਾਬ ਹੋ ਗਏ ਸੀ? ਪਹਿਲੇ ਟੁੱਟੇ ਹੋਏ ਸਨ। ਤੇ ਉਹਦਾ ਕੀ ਕੋਈ ਨੁਕਸਾਨ ਸੀ? ਮੁੰਜੀ ਉਹਦੀ ਸੁੱਟਦੀ ਸੀ ਇਹ ਬਲੇਡ ਟੁੱਟਿਆ ਨਾ। ਰਿਪੇਰਿੰਗ ਕਰ ਰਹੇ ਆ ਪੂਰੀ ਇਹਦੀ ਦਿਖਾਉਂਦੇ ਆ ਕੰਡੀਸ਼ਨ ਵੀ। ਬਾਕੀ ਨਿਊ ਹੋਲੈਂਡ 80-70 ਕੀ ਫਰਕ ਹੁੰਦਾ 80-70 ਦਾ, 80-60 ਦਾ ਤੇ 70 ਦਾ? 60 ਨੂੰ ਐਕਸਲ ਪਏ ਹੁੰਦੇ ਆ ਤੇ ਇਹਨਾਂ ਨੂੰ ਕੀ ਆ? ਕਿਹੜੀ ਜਗ੍ਹਾ ਤੇ ਪਤਾ ਲੱਗਦਾ ਕਿ ਉਹ ਟੂਪ ਲੱਗੀ ਥੱਲੇ? ਅੱਛਾ, ਇੱਥੇ ਟੂਪ ਲੱਗੀ ਆ ਜੀ, ਇੱਥੇ ਕਿਹਾ ਜੀ ਉਹਦੀ ਟੂਪ ਲੱਗੀ ਆ ਜਿਹੜੀ 80-70 ਨੂੰ ਅਤੇ 60 ਨੂੰ ਐਕਸਲ ਲੱਗੇ ਹੁੰਦੇ। ਚੰਗੀ ਕੰਡੀਸ਼ਨ ਤਾਂ ਚੰਗੀ ਸਾਫ ਮਸ਼ੀਨ ਹੈਗੀ ਹੈ। ਬਾਕੀ ਪਰਫਾਰਮੈਂਸ ਜਿਹੜੀ ਦਿਖਾਈ ਦੂਸਰੀ ਦੀ ਉਹ ਠੀਕ ਆ, ਇਹਦੀ ਵੀ ਹੁਣ ਚੱਲੇਗੀ ਪਤਾ ਲੱਗੇਗਾ। ਇਹੀ ਰਹਿ ਗਿਆ ਬਾਕੀ ਕੱਸੇ ਕੀ।